ਹਾਂ ਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਕਲਸੀਆਂ ਕਲਾਂ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ। ਮੱਖੀ ਕਲਾਂ ਪਿੰਡ ਬਿਲਕੁਲ ਨਜ਼ਦੀਕ ਆ। ਜੇਕਰ ਦੋਸਤੋ ਹਰੀ ਕੇ ਪੱਤਣ ਤੋਂ ਆਉਣੇ ਆ ਤਾਂ ਕੱਚਾ ਪੱਕਾ ਅੱਡਾ, ਕੱਚੇ ਪੱਕੇ ਅੱਡੇ ਤੋਂ ਮਰਗਿੰਦਪੁਰ ਪਿੰਡ ਤੁਸੀਂ ਵਿਜਿਟ ਕਰੋਗੇ ਅਤੇ ਮਰਗਿੰਦਪੁਰ ਤੋਂ ਕਲਸੀਆਂ ਕਲਾਂ ਤੁਸੀਂ ਵਿਜਿਟ ਕਰ ਸਕਦੇ ਜੇ। ਬਾਕੀ ਦੋਸਤੋ ਭਗਵਾਨਪੁਰਾ ਪਿੰਡ ਬਿਲਕੁਲ ਲਾਗੇ ਆ, ਇੱਕ ਪਾਸੇ ਭਾਈ ਲੱਧੂ ਥੋੜ੍ਹੀ ਦੂਰੀ 'ਤੇ ਆ, ਮੱਖੀ ਕਲਾਂ ਪਿੰਡ ਬਿਲਕੁਲ ਨਜ਼ਦੀਕ ਆ, ਅਲਗੋਂ ਕੋਠੀ ਵੀ ਥੋੜ੍ਹੀ ਦੂਰੀ 'ਤੇ ਹੈਗਾ, ਕੋਈ 3-4 ਕਿਲੋਮੀਟਰ ਦੀ ਦੂਰੀ ਆ ਅਲਗੋਂ ਕੋਠੀ ਦੀ। ਸੋ ਭਿੱਖੇ ਪਿੰਡ ਤੋਂ ਵੀ ਇਸ ਪਿੰਡ ਦੀ ਥੋੜ੍ਹੀ ਦੂਰੀ ਆ, ਅਤੇ ਕਲਸੀਆਂ ਕਲਾਂ ਤੁਸੀਂ ਖਾਸ ਵਿਜਿਟ ਕਰਨੀ ਆ। ਵੀਰ ਗੁਰਲਾਲ ਸਿੰਘ ਦੇ ਕੋਲ ਆਏ ਹਾਂ ਦੋਸਤੋ। ਪਹਿਲਾਂ ਵੀ ਆਪਾਂ ਇਸ ਘਰੋਂ ਤੁਹਾਨੂੰ ਪਸ਼ੂ ਦਿਖਾਉਂਦੇ ਰਹੀਦਾ, ਪਸ਼ੂ ਵਪਾਰ ਦਾ ਕੰਮ ਆ, ਜਦੋਂ ਕਿਤੇ ਪਸ਼ੂ ਦੋਸਤੋ ਆਉਂਦਾ ਵੀਰ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ। ਵੈਸੇ ਨੋਰਮਲ ਅੱਡੇ 'ਤੇ ਟਿਕਾਣੇ ਤੋਂ ਘਰ ਪਸ਼ੂ ਜਿਹੜੇ ਆ ਦੋਸਤੋ ਸੇਲ ਪਰਚੇਜ ਹੁੰਦੇ ਰਹਿੰਦੇ ਆ, ਵਿਕਰੀ ਵਾਲੇ ਪਸ਼ੂ ਆਉਂਦੇ ਆ, ਬਾਕੀ ਸਮੇਂ ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ। ਅੱਜ ਐਨੀਮਲ ਜਿਹੜੇ ਆ ਦੋਸਤੋ ਤੁਹਾਨੂੰ ਤਿੰਨ ਦਿਖਾਉਣੇ ਆ, ਤਿੰਨੇ ਵੈੜਾਂ ਨੇ, ਐਚ ਐਫ ਕਰੋਸ ਅੰਗ ਦੇ ਵਿੱਚ ਵੈੜਾਂ ਤੁਹਾਨੂੰ ਦਿਖਾ ਦਾਂਗੇ। ਵੈੜਾਂ ਸਾਰੀਆਂ ਸੂਈਆਂ ਸਵਾਈਆਂ ਨੇ, ਦੋ ਵੈੜਾਂ ਸੂਈਆਂ ਸਵਾਈਆਂ ਦੋਸਤੋ ਬੱਚੇ ਨਾਲ ਨੇ, ਇੱਕ ਬਿਨ ਬੱਚੇ ਤੋਂ ਆ, ਉਹਨੂੰ ਵੀ ਕੁਝ ਥੋੜ੍ਹੇ ਕੁ ਦਿਨ ਹੋਏ ਆ ਮੇਲੇ ਤੋਂ ਸਟਾਰਟ ਆ, ਚੱਲਦੀ ਆ ਮੇਲੇ ਤੋਂ, ਪੂਰੀ ਗੱਲਬਾਤ ਆਪਾਂ ਵੀਰ ਗੁਰਲਾਲ ਤੋਂ ਪੁੱਛ ਲਾਂਗੇ। ਸੋ ਦੋਸਤੋ ਅੱਜ 23 ਜਨਵਰੀ ਨੂੰ ਇਹ ਆਪਾਂ ਕਵਰੇਜ ਕਰਦੇ ਹਾਂ, ਸਮਾਂ ਕੋਈ ਸ਼ਾਮ ਦੇ 4 ਵਜੇ ਦਾ। ਸੋ ਬਾਕੀ ਜਿਹੜੇ ਵੀਰ ਨੂੰ ਜਿਹੜਾ ਵੀ ਐਨੀਮਲ ਪਸੰਦ ਆਊਗਾ, ਘਰ ਆਣ ਕੇ ਤੁਸੀਂ ਦੋ ਡੰਗ ਚੁਪਾਈ ਕਰਕੇ ਤਸੱਲੀ ਕਰ ਸਕਦੇ ਜੇ ਉਸ ਖਾਸ ਪਸ਼ੂ ਦੀ ਜਿਹੜਾ ਕੋਈ ਵੀਰ ਖਰੀਦਿਆ ਜਾ ਰਿਹਾ। ਆਓ ਲੈਂਦੇ ਹਾਂ ਜਾਣਕਾਰੀ ਵੀਰ ਗੁਰਲਾਲ ਸਿੰਘ ਦੇ ਨਾਲ ਗੱਲਬਾਤ ਕਰਕੇ। ਸਭ ਤੋਂ ਪਹਿਲਾਂ ਵੀਰ ਗੁਰਲਾਲ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਹੋਰ ਗੁਰਲਾਲ ਬਾਈ ਕਿਵੇਂ ਆ? ਚੜ੍ਹਦੀ ਕਲਾ ਵੀਰ ਜੀ, ਠੀਕ ਆ। ਤੇ ਗੁਰਲਾਲ ਵੀਰੇ, ਪਸ਼ੂ ਇਸੇ ਤਰ੍ਹਾਂ ਚਲੋ ਵਿਕਰੀ ਵਾਲੇ ਆਪਣੇ ਘਰੇ ਆਉਂਦੇ ਰਹਿੰਦੇ ਆ, ਵਿਕਦੇ ਰਹਿੰਦੇ ਆ? ਹਾਂਜੀ ਹਾਂਜੀ ਹਾਂਜੀ, ਠੀਕ ਆ ਜੀ। ਫਿਲਹਾਲ ਲੋਕਲ ਪਸ਼ੂ ਵੀ ਤੁਹਾਡਾ ਵੇਖ ਵੁਕ ਜਾਂਦਾ ਕਾਫੀ? ਲੋਕਲ ਵੀ ਵੇਖਦੇ ਆ ਵੀਰ, ਆ ਕੇ ਬੈਠਿਆ ਫਿਰ ਹੁਣ ਵੀ। ਹਾਂ ਬਿਲਕੁਲ, ਚਲੋ ਸ਼ੌਂਕ ਨਾਲ ਕਦੀ ਕਦੀ ਪਾ ਦਈਦੀ ਆ। ਬਿਲਕੁਲ ਨਹੀਂ, ਆਉਣਾ ਚਾਹੀਦਾ ਹੇਠ ਉੱਤੇ, ਕੋਈ ਭੈਣ ਭਰਾਵਾਂ ਨਾਲ ਸੰਪਰਕ ਬਣਦਾ। ਹਾਂਜੀ ਹਾਂਜੀ ਹਾਂਜੀ। ਤੇ ਅੱਛਾ ਗੁਰਲਾਲ, ਅੱਜ ਪਸ਼ੂ ਵੀਰੇ ਆਪਣੇ ਕੋਲ ਜਿਹੜੀਆਂ ਇਹ ਸਾਹਮਣੇ 3 ਵੈੜਾਂ ਖੜੀਆਂ ਨੇ, ਪਹਿਲੇ ਦੂਜੇ ਤੀਜੇ ਨੰਬਰ ਤੇ 3 ਬਕਾਊ ਆ? ਹਾਂਜੀ ਹਾਂਜੀ ਹਾਂਜੀ, ਠੀਕ ਆ। ਤੇ ਹੈ ਬਿਲਕੁਲ ਤਾਜ਼ੀਆਂ ਸੂਈਆਂ? ਤਾਜ਼ੀਆਂ ਤਾਜ਼ੀਆਂ ਵੀਰ ਜੀ, ਇਸ ਵੈੜ ਨੂੰ 4 ਦਿਨ ਹੋਏ ਜੇ, ਤੇ ਇਹਨੇ ਕੰਨੀ ਵਾਲੇ ਦੰਦ ਉਹਨੂੰ ਪੁੱਟੇ ਜੇ, ਮੂੰਹੋਂ ਛਿੱਗੀ ਜੇ, ਮੂੰਹੋਂ ਛਿੱਗੀ ਆ। ਹਾਂਜੀ, ਕੰਨੀ ਵਾਲੇ ਦੰਦ ਦੋਸਤੋ ਹੁਣ ਪੱਟੇ ਆ, ਠੀਕ ਆ, ਹਜੇ ਚੱਕੇ ਨਹੀਂ ਗੇ, ਬਾਕੀ ਕੰਨੀ ਵਾਲੇ ਦੰਦ, ਬਾਕੀ ਕੋਈ ਛਿੱਗੀ ਮੰਨ ਕੇ ਸੌਦਾ ਕਰੇ, ਠੀਕ ਆ। ਆਹ ਵੇਖੋ ਜੀ, ਦੂਜਾ ਸੂਆ ਜੇ ਵੈੜ ਦਾ ਵੀਰ, ਸੂਆ ਦੂਜਾ, ਤੇ HF ਸ਼ਾਹੀਵਾਲ ਕਰੋਸ ਆ ਗਈ, ਹੈ ਨਾ? ਹਾਂਜੀ ਹਾਂਜੀ। ਤੇ ਗੁਰਲਾਲ ਭਾਈ, ਇਹ ਦਿਨ 4 ਕੁ ਦੱਸਿਆ, ਤੇ ਬੋਲਾ ਹੁਣ ਕਿੰਨਾ ਕੁ ਹੋਊਗਾ? ਹੁਣ ਵੀਰ ਜੀ ਕੋਈ 17-18 ਕਿਲੋ ਬੋਲਾ ਇਹਦੇ ਥੱਲੇ ਤਿਆਰ ਆ। 17-18 ਕਿਲੋ? ਹਾਂਜੀ ਹਾਂਜੀ, ਕੋਈ ਵੀਰ ਆਪਦੀ 2-3 ਡੰਗ ਚੋ ਕੇ ਲਿਜਾ ਸਕਦਾ ਵਾ। ਠੀਕ ਆ, ਬੱਚਾ ਮਗਰ? ਉਹ ਸ਼ਾਹੀਵਾਲ ਵੱਛੀ ਆ ਜੀ। ਆਹ ਵੱਛੀ ਆ, ਲਓ ਦੋਸਤੋ, ਬਿਲਕੁਲ ਲਾਲ ਰੰਗ ਦੇ ਵਿੱਚ ਸ਼ਾਹੀਵਾਲ ਵੱਛੀ ਆ, ਇਸ ਵੈੜ ਦੇ ਬਿਲਕੁਲ ਥੱਲੇ ਜਿਹੜਾ ਬੱਚਾ ਮਗਰ ਵੱਛੀ ਆ, ਫੀਮੇਲ ਕਾਫ ਆ ਮਗਰ, ਤੇ ਕੋਈ 17-18 ਲੀਟਰ ਵੀਰਾਂ ਦਾ ਵੀ ਅੱਜ ਚੌਥੇ ਦਿਨ ਤੇ ਜਿਹੜਾ ਬੋਲੇ ਦੇ ਉੱਤੇ ਕੋਈ ਵੀਰ ਆਣ ਕੇ ਚਵਾਈ ਕਰ ਸਕਦਾ। ਬਾਕੀ ਥਣ ਥੁਣ ਪੂਰਾ ਹੱਥੀ ਚਵਾਈ ਵਾਲਾ ਵਧੀਆ ਲੱਗਾ? ਹਾਂਜੀ ਹਾਂਜੀ, ਬਹੁਤ ਵਧੀਆ ਚਵਾਈ ਸੰਧੂ ਸਾਹਿਬ। ਹਾਂ ਆ ਲਓ ਜੀ, ਸੋ ਹੱਥੀ ਚਵਾਈ ਵਾਲਾ ਦੋਸਤੋ ਥਣ, ਮੁੱਠੀ ਥਣ ਲੱਗਾ ਵਧੀਆ, ਆਹ ਕਰੋ ਚੈੱਕ ਜੀ। ਲਓ ਵੀ ਗੁਰਲਾਲ ਵੀਰ, ਖੋਲ ਕੇ ਤੋਰ ਗਈ ਮਾੜਾ ਜਿਹਾ। ਸੋ ਕੱਦ ਜਿਹੜਾ ਦੋਸਤੋ ਮੀਡੀਅਮ ਹਾਈਟ ਕੋਈ ਵੀਰ ਮੰਨ ਕੇ ਸੌਦਾ ਕਰ ਲਏ, ਸੂਸਵਾਦ ਵਿੱਚ, ਪਰ ਨਿੱਗਰ ਆ ਜਿੰਨੀ ਵੇਖੋ ਵੈੜ, ਮਧਰੀ ਗੋਡੀ ਵਾਲੀ ਵੈੜ ਜੀ, ਠੀਕ ਆ, ਨਿੱਗਰ ਤੇ ਮਧਰੀ ਗੋਡੀ ਵਾਲੀ ਜਿਹੜੀ ਵੈੜ ਆ ਦੋਸਤੋ, ਜਿਵੇਂ ਮਧਰੀ ਡੌਲੀ ਦੇ ਆਪਾਂ ਪਸ਼ੂ ਦੇਖਦੇ ਹਾਂ, ਹਾਈਟ ਮੀਡੀਅਮ ਆ, ਭਰਮਾ ਪਿੰਡਾ ਬਿਲਕੁਲ, ਵਜਨ ਵੁਜਨ ਪੂਰਾ ਕਰਮਾਲੀ ਦਾ, ਥਣ ਚੱਡਾ ਵੀ ਕਮਾਲ ਦਾ, ਪੂਰਾ ਪੂਰਾ ਖੁੱਲ੍ਹਾ ਲੇਵਾ ਹੈ, ਠੀਕ ਆ। ਸੋ ਚੰਗੇ ਦੁੱਧ ਦੀ ਉਮੀਦ ਆਪਾਂ ਕਰ ਸਕਦੇ ਹਾਂ, ਫਿਲਹਾਲ ਕੋਈ 17-18 ਲੀਟਰ ਬੋਲੇ ਤੇ ਤੁਸੀਂ ਜਿਹੜਾ ਸੌਦਾ ਕਰ ਸਕਦੇ ਜੀ। ਕਮਾਲੀਆ ਸੰਧੂ ਸਾਹਿਬ, ਹਾਂਜੀ ਹਾਂਜੀ। ਸੋ ਫੇਸ ਕੁਆਲਿਟੀ ਵੇਖੋ ਜੀ, ਆਹ ਕਰੋ ਚੈੱਕ।
ਅੱਛਾ, ਬਾਕੀ ਗੁਰਲਾਲ ਬਾਈ ਚਵਾਈ ਚੁਵਾਈ ਚੰਗੀ ਸੋਹਣੀ ਆ? ਬਿਲਕੁਲ ਓਕੇ ਵੀਰ ਜੀ। ਠੀਕ ਹੈ ਜੀ। ਲਓ ਵੀ ਸੋ ਦੋਸਤੋ, ਬਾਕੀ ਵੰਡ ਵੁੰਡ ਅਗਲੇ ਪਿਛਲੇ ਥਾਣਾਂ ਦੀ ਹੈਗੀ ਆ, ਚੱਪੇ ਚੱਪੇ ਦੇ ਥਾਣ, ਸੋ ਹੈ ਪੂਰਾ ਮੁੱਠੀ ਹੈ ਥਾਣ, ਕੋਈ ਕਿਸੇ ਤਰ੍ਹਾਂ ਦੀ ਲੇਡੀਜ਼ ਨੇ ਚਵਾਈ ਕਰਨੀ ਆ, ਚਾਹੇ ਕੋਈ ਵੀਰ ਨੇ ਚਵਾਈ ਕਰਨੀ ਆ, ਬੱਚਾ ਵੀ ਚਵਾਈ ਕਰ ਲੂਗਾ। ਠੀਕ ਆ ਜੀ। ਠੰਡੀ ਧੀਰੀ ਆ, ਸਲੱਗ ਸਲੁੱਗ ਪੂਰੀ ਆ, ਦੂਜੇ ਗੁਰਲਾਲ ਕੋਈ ਵੰਗਾ ਵੁੰਗਾ ਪਾ ਲਈਦਾ? ਹਾਂਜੀ, ਵੰਗਾ ਪਾ ਲਈਦਾ ਵੀਰ ਜੀ। ਠੀਕ ਹੈ ਜੀ, ਵੰਗਾ ਪਾ ਕੇ ਜਮਾਂ ਲੱਤ ਲੁੱਤ ਕੋਈ ਨਹੀਂ ਪੱਟਦੀ। ਠੀਕ ਹੈ ਜੀ। ਹਾਂਜੀ, ਅਤੇ ਅੱਜ ਆਪਾਂ ਕੀ ਕਰਦੇ ਪਏ ਹਾਂ, ਮੁੱਲ ਕਿੱਥੋਂ ਤੱਕ ਲੈਣ ਦੇਣ ਵਾਲੀ ਗੱਲਬਾਤ ਹੋਊਗੀ? ਮੁੱਲ ਵੀਰ ਜੀ ਆਪਾਂ ਲੈਣ ਦੇਣ ਵਾਲਾ ਹੀ ਕਰਨਾ ਚਾਹੀਦਾ। ਹਾਂਜੀ, 62,000 ਰੁਪਏ ਦੀ ਵਿੱਚੀ ਦੇ ਦਾਂਗੇ ਸੰਧੂ ਸਾਹਿਬ। 62,000 ਦੀ? ਹਾਂਜੀ। ਠੀਕ ਹੈ ਜੀ। ਬਾਕੀ ਵਿੱਚੋਂ ਵੀ ਮਾਨਤਾਨ ਕਰ ਦਾਂਗੇ, ਹੋ ਜਾਣਗੇ ਛੋਟ ਛੱਪੇ? ਹਾਂਜੀ ਹਾਂਜੀ, ਹੋ ਜਾਣਗੇ। ਬਾਕੀ ਦੋਸਤੋ, ਥਣ ਚੱਡੇ ਦੀ ਸਾਫ਼ ਸੁਥਰੀ ਆ ਕਰਮਾਂ ਵਾਲੀ, ਜਿੰਨੀ ਵੀ ਤੁਸੀਂ ਵੇਖੋ, ਨੋਰਮਲ ਦਰਮਿਆਨੀ, ਥੋੜ੍ਹੀ ਥੋੜ੍ਹੀ ਕੋਈ ਭਲੂਣ ਹੈਗੀ ਆ, ਭਲ ਭੁਲ ਮਾੜੀ ਮੋਟੀ ਜਿਹੀ ਹੈਗੀ ਆ, ਬਾਕੀ ਲੇਵਾ ਜਿੰਨਾ ਵੀ ਆ ਉਹ ਸਾਰਾ ਦੁੱਧ ਲੇਵਾ ਹੈਗਾ। ਠੀਕ ਆ। ਅਤੇ ਜਿਹੜੇ ਵੀਰ ਨੂੰ ਪਸੰਦ ਜਚੂਗੀ ਉਹ ਤੁਸੀਂ ਗੱਲਬਾਤ ਕਰ ਲਿਓ, 62,000 ਦੇ ਵਿੱਚੋਂ ਛੋਟ ਛੱਪਾ ਹੋ ਜੂਗਾ। ਇਸ ਤੋਂ ਬਾਅਦ ਸੈਕਿੰਡ ਨੰਬਰ 'ਤੇ ਜਿਹੜੀ ਆਹ ਬੈਡ ਆਪਣੇ ਕੋਲ ਆ ਗਈ ਵੀਰ। ਹਾਂਜੀ ਹਾਂਜੀ। ਇਹ ਸੂਹਾ ਕਿਨਮਾ ਸੂਈ? ਪਹਿਲਾਂ ਸੂਹਾ ਸੂਈ ਜੇ ਮੂੰਹ ਚੌਗੀ ਜੇ ਸੰਧੂ ਸਾਹਿਬ, ਮੂੰਹ 4 ਦੰਦ ਉਹ ਪਹਿਲੀ ਉਹ ਛਿੱਗੀ ਸੀ ਨਾ? ਹਾਂਜੀ, ਪਹਿਲੀ ਛਿੱਗੀ ਸੀ ਇਹ 4 ਦੰਦ। ਹਾਂਜੀ। ਲਓ ਵੀ ਦੋਸਤੋ, ਕੱਦ ਕੁੱਦ ਵੱਡਾ ਕੱਦ ਕਾਠ ਆ, HF ਬਰੀਡ ਦੇ ਵਿੱਚ ਇਹ ਵੱਛੀ ਆ, ਮੂੰਹੋਂ ਚੌਗੀ 4 ਦੰਦ, ਪਹਿਲਾ ਸੂਆ ਪਲੂਣ ਇਹ ਵੱਛੀ ਸੂਈ ਆ, ਬਾਕੀ ਮੈਲਾ ਮੂਲਾ ਤੁਸੀਂ ਵੇਖ ਸਕਦੇ। ਦਿਨ ਕਿੰਨੇ ਕੋ ਕਿਹੋ ਇਹਨੂੰ ਦੇਣ? ਕੋਈ ਸੰਧੂ ਸਾਹਿਬ ਅੱਜ 8-10 ਦਿਨ ਹੋ ਗਏ ਜੀ, ਕੋਈ 8-10 ਦਿਨ ਮੰਨ ਲਏ। ਹਾਂਜੀ, ਵੈਸੇ ਤਾਂ ਹੀ 12 ਦਿਨ ਜਿਹੜਾ ਮੈਲਾ ਸਟਾਰਟ ਹੋ ਜਾਂਦਾ ਪਸ਼ੂ ਦਾ, ਬਾਕੀ ਮੈਲਾ ਮੂਲਾ ਦੋਸਤੋ ਘਰ ਆ ਕੇ ਸੂਈ ਸੀ ਸੰਧੂ ਸਾਹਿਬ। ਠੀਕ ਆ। ਹਾਂਜੀ ਠੀਕ ਆ ਠੀਕ ਆ। ਅਤੇ ਇਹ ਵੱਛੀ ਦੋਸਤੋ ਪਹਿਲਾ ਸੂਆ ਸੂਈ ਆ, ਜਿਹੜੇ ਵੀਰ ਕੋਈ ਦੂਰੋਂ ਨੇੜਿਓਂ ਦੇਖ ਰਹੇ ਆਪਣੀ ਵੀਡੀਓ ਵੇਖ ਕੇ, ਉਹਨਾਂ ਨੂੰ ਬਹੁਤ ਸੋਹਣਾ ਲੱਗਾ ਵੱਛੀ। ਠੀਕ ਹੈ ਜੀ। ਅਤੇ ਬਾਕੀ ਕੱਦ ਕੁੱਦ ਸੋਹਣਾ, ਕੱਦ ਵੱਡਾ ਹੈ, ਇੱਕ ਪਹਿਲੀ ਬੈਡ ਦਿਖਾਈ ਸੀਗੀ ਉਹਦੇ ਨਾਲ ਤੁਸੀਂ ਖੜੀ ਜਿਹੜੀ ਆ ਵੇਖ ਸਕਦੇ ਜੇ ਵੀ ਕੱਦ ਕਾਠ ਦੇ ਵਿੱਚ ਵੱਛੀ ਵੱਡੀ ਆ, ਅਤੇ ਉਹ ਹਿਸਾਬ ਨਾਲ ਤੁਸੀਂ ਮੇਰਾ ਵੀਰ ਕੋਈ ਸੌਦਾ ਕਰਿਓ। ਅਤੇ ਗੁਰਲਾਲ ਆਪਾਂ ਹੁਣ ਦੁੱਧ 'ਤੇ ਚੱਲਣ ਦੀ, ਕਿੰਨਾ ਕੁ ਦੁੱਧ ਹਾਜ਼ਰ ਇਹਦੇ ਥੱਲੇ? ਹਾਜ਼ਰ ਦੁੱਧ ਵੀਰ ਜੀ 15 ਕਿਲੋ ਮੰਨ ਕੇ ਚੱਲਿਓ, ਬਾਕੀ 17 ਕਿਲੋ ਦੁੱਧ ਆ ਇਹਦੇ ਥੱਲੇ। 17 ਕਿਲੋ? ਹਾਂਜੀ। ਜਿਹੜਾ ਨੈੱਟ ਆਪਾਂ ਚਵਾਉਣਾ ਭੈਣ ਭਰਾ ਸੱਜਣਾ? ਹਾਂਜੀ ਹਾਂਜੀ। ਠੀਕ, ਕੋਈ 1-2 ਕਿਲੋ ਦਾ ਪਸ਼ੂ ਅੱਗਾ ਪਿਛਾ ਕਰ ਵੀ ਜਾਂਦਾ, ਕਿਉਂਕਿ ਠੰਡ ਠੁੰਡ ਦੇ ਦਿਨ ਚੱਲਣਦੇ ਆ ਸੰਧੂ ਸਾਹਿਬ। ਹਾਂਜੀ ਠੀਕ ਹੈ ਜੀ। ਲਓ ਵੀ ਦੋਸਤੋ, 16-17 ਲੀਟਰ ਜਿਹੜਾ ਦੁੱਧ ਹਾਜ਼ਰ ਆ, ਬਾਕੀ ਸ਼ਾਮ ਦਾ ਸਮਾਂ ਹੈ ਹੁਣ ਕੋਈ 3:30 ਦਾ, ਅਤੇ ਚਵਾਈ ਕਿੰਨੇ ਤੋਂ ਕਿੰਨੇ ਵਜੇ ਕਰ ਰਹੇ ਹਾਂ ਜੀ? ਚਵਾਈ ਸੰਧੂ ਸਾਹਿਬ 7-7 ਹੀ ਕਰੀਦੀ ਆ ਜੀ। 7-7 ਆ ਜੀ। ਹਾਂਜੀ। ਲੈ ਜੀ। ਹਾਂਜੀ ਹਾਂਜੀ। ਸੋ ਦੋਸਤੋ, ਥਣ ਥੁਣ ਦੀ ਜੇਕਰ ਆਪਾਂ ਗੱਲ ਕਰ ਲਈਏ ਤਾਂ ਹੱਥੀ ਚਵਾਈ ਵਾਲਾ ਥਣ ਆ, ਮੁੱਠੀ ਥਣ ਆ, ਬਾਕੀ ਮੋਸਟਲੀ ਆ ਵੇਖ ਕੇ ਤੁਹਾਨੂੰ ਪਤਾ ਜਿਹੜਾ ਇੱਕ ਜੱਜਮੈਂਟ ਹੋ ਜੂਗੀ, ਇੱਕ ਆਈਡੀਆ ਹੋ ਹੀ ਜਾਣਾ। ਵੇਖੋ ਲਓ ਜੀ, ਸੋ ਥਣ ਥੁਣ ਬਹੁਤ ਵਧੀਆ, ਸਪੇਸ ਬੇਸ਼ੱਕ ਦੋਸਤੋ ਕੋਈ 2-2-3-3 ਇੰਚ ਹੋਊਗੀ ਵਿੱਚ, ਪਰ ਥਣ ਪੂਰਾ ਹੱਥੀ ਚਵਾਈ ਵਾਲਾ। ਠੀਕ ਆ ਜੀ। ਜਿੱਦਾਂ ਮਰਜ਼ੀ ਕੋਈ ਵੀਰ ਚਵਾਈ ਕਰ ਸਕਦਾ। ਬਾਕੀ ਸੰਧੂ ਸਾਹਿਬ ਇਹ ਵੈਡ ਦੀ ਹੋਰ ਹੀ ਸਿਫਤ ਜੇ ਜੀ, ਜਦੋਂ ਚਵਾਈ ਕਰੀਦੀ ਆ ਨਾ ਐਂ ਨਿੰਬੂ ਵਾਂਗੂ ਨੁੱਚੜ ਜਾਂਦੀ ਜੇ। ਠੀਕ ਹੈ ਜੀ। ਹਾਂਜੀ ਬਿਲਕੁਲ, ਐਂ ਲੇਵਾ ਝਾੜ ਜਾਂਦੀ ਆ। ਠੀਕ ਆ ਠੀਕ। ਹਾਂਜੀ ਹਾਂਜੀ। ਮਤਲਬ ਕਿ ਹੁਣ ਆਪਣੇ ਕੋਲ 8-8, 7-7 ਕਿਲੋ, 8-8 ਕਿਲੋ ਇੱਕ ਡੰਗ ਦਾ ਦੁੱਧ ਕੱਢ ਦਿੰਦੀ। ਹਾਂਜੀ ਹਾਂਜੀ, ਕੱਢ ਦਿੰਦੀ ਆ। ਠੀਕ। ਬਾਕੀ ਜੇ ਕੋਈ ਲੱਗਦਾ ਤੇ ਆਪਾਂ ਚਵਾਈ ਵੀ ਕਰਕੇ ਦਿਖਾ ਸਕਦੇ ਆ 2 ਟਾਈਮ। ਠੀਕ ਹੈ ਜੀ। ਹਾਂਜੀ ਹਾਂਜੀ। ਵੇਖੋ ਗੁਰਲਾਲ ਵੀਰੇ, ਚਲੋ ਜਿਹੜਾ ਕੋਈ ਖਰੀਦਦਾਰ ਆਊਗਾ, ਹਾਂਜੀ ਹਾਂਜੀ, ਆਪਾਂ ਤਾਂ ਹਰ ਵਾਰ ਕਹਿੰਦੇ ਆ ਵੀ ਆਪਦੀ ਚਾਹੇ ਤਸੱਲੀ ਕਰਕੇ, ਜਿੰਨਾ ਦੁੱਧ ਕਹਿਦਾ ਕੋਈ ਕਿਲੋ ਖੰਡ ਦਾ ਇਧਰ ਉਧਰ ਫਰਕ ਹੋਵੇ, ਫਰਕ ਹੋਵੇ ਉਹ ਤਾਂ ਮੰਨਣ ਯੋਗ ਆ, ਪਰ ਜੇ ਨਿਕਲੇ ਅੱਧੋ ਵੱਧ ਜਾਂ 2-2-4-4 ਕਿਲੋ ਤਾਂ ਉੱਥੇ ਫਿਰ ਆਪਾਂ ਨੂੰ ਪਤਾ ਹੀ ਉੱਥੇ ਵੀਰ ਜੀ ਉਹ ਧੱਕਾ
ਮਹਾਂ ਤੇ ਕੋਈ ਕੀਤਾ, ਕੋਈ ਗਰੀਬ ਕਿਵੇਂ ਪਸ਼ੂ ਖਰੀਦਦਾ ਵਾ, ਕਿਵੇਂ ਪੈਸੇ ਫੜ ਤੜ ਕੇ ਕਿਸੇ ਤੋਂ ਵਿਆਜੀ ਫੜ ਕੇ ਲੈ ਕੇ ਲੈਂਦਾ ਵਾ ਡੰਗਰ। ਹਾਂਜੀ, ਤੇ ਜੇ ਕਿਸੇ ਨਾਲ ਧੋਖਾ ਹੀ ਕਰ ਦਈਏ ਤੇ ਫਿਰ ਸੰਧੂ ਸਾਹਿਬ ਉਹ ਫਾਇਦਾ ਨਹੀਂ ਗਾ ਕੋਈ। ਬਿਲਕੁਲ, ਹਾਂਜੀ ਹਾਂਜੀ, ਕੋਈ ਯਕੀਨ ਕਰਕੇ ਆਪਣੇ ਕੋਲ ਕੋਈ ਆਉਂਦਾ ਵੀਰ। ਹਾਂਜੀ ਹਾਂਜੀ ਹਾਂਜੀ। ਬਾਕੀ ਦੋਸਤੋ, ਆ ਇੱਕ ਸਾਈਡ ਤੋਂ ਇੱਕ ਬਹਿਣੀ ਵਾਲੇ ਪਾਸਿਓਂ ਤੁਸੀਂ ਅਥਾਣ ਵੇਖ ਸਕਦੇ ਜੇ, ਜਿਹੜੇ ਬੰਨਿਓ ਨੋਰਮਲੀ ਆਪਾਂ ਚਵਾਈ ਕਰਦੇ ਹਾਂ, ਠੀਕ ਆ। ਅਤੇ ਬੱਚਾ ਦਾ ਮੈਂ ਤੁਹਾਨੂੰ ਦਿਖਾ ਦਿੰਦਾ, ਵੱਛਾ ਸੀ ਮਗਰ। ਹਾਂਜੀ, ਮਗਰ ਚੋਬਰੀ ਆ ਜੀ। ਲਓ ਜੀ, ਵੱਛਾ ਵਿਖਾ ਦਿੰਦੇ ਹਾਂ, ਬਿਲਕੁਲ ਆ ਬਲੈਕ ਰੰਗ ਦੇ ਵਿੱਚ ਵੇਖੋ, ਆਹ ਵੱਛਾ ਜੀ ਮੇਲ ਕਾਫ, ਠੀਕ ਆ ਜੀ। ਆਈਡੀਆ ਦਸਾਂ ਦਸਾਂ 12-11 ਦਿਨਾਂ ਦਾ ਤੁਸੀਂ ਆ ਬੱਚਾ ਮੰਨ ਲਓ, ਨਾੜੂ ਵੀ ਬੱਚੇ ਦੇ ਨਾਲ ਆ ਜੇ, ਆ ਲਓ ਠੀਕ ਆ। ਅਤੇ ਗੁਰਲਾਲ ਭਾਈ ਕੀ ਕਰਾਂਗੇ, ਇਹਦੀ ਮੰਗ ਕੀ ਕਰਦੇ ਹਾਂ? ਇਹਦੀ ਡਿਮਾਂਡ ਤਾਂ ਸੰਧੂ ਸਾਹਿਬ 52,000 ਕਰਦੇ ਹਾਂ। ਹਾਂਜੀ, ਜੈਸ ਨੂੰ 48,000 ਦੀ ਬੱਚੀ ਦੇ ਦਾਂਗੇ। 48,000 ਦੀ? ਹਾਂਜੀ ਹਾਂਜੀ, ਠੀਕ ਹੈ ਜੀ। ਲਓ ਦੋਸਤੋ, ਜੈਸ ਨੂੰ ਜਿਹੜੀ 48,000 ਦੀ ਆ ਡਿਮਾਂਡ, ਚਾਹੇ 52 ਚਾਹੇ 50 ਜਿੰਨੀ ਮਰਜ਼ੀ ਆ, 48,000 ਜਿਹੜੀ ਹਾਂ ਨਾ ਲੈਣ ਦੇਣ ਵਾਲੀ ਗੱਲਬਾਤ ਵੀਰ ਕਹਿ ਰਿਹਾ। ਸੋ ਬਾਕੀ ਆਓ, ਆਪਣੀ ਨਰਖ ਪਰਖ ਕਰੋ, ਤਸੱਲੀ ਕਰੋ, ਜਿੱਦਾਂ ਮਰਜ਼ੀ ਕੋਈ ਵੀਰ ਵੀਡੀਓ ਕਾਲ 'ਤੇ ਵੀ ਚਵਾਈ ਕਰਕੇ ਔਨਲਾਈਨ ਸੌਦਾ ਕਰਨਾ ਚਾਹੁੰਦਾ ਤਾਂ ਵੀ ਤੁਸੀਂ ਲੈ ਕੇ ਜਾ ਸਕਦੇ ਜੇ। ਅੱਛਾ ਗੁਰਲਾਲ ਭਾਈ, ਇੱਕ ਲਾਸਟ ਵਿੱਚ ਜਿਹੜੀ ਆਪਣੇ ਕੋਲ ਤੀਸਰੇ ਨੰਬਰ 'ਤੇ ਆ ਗਈ ਬੱਚੀ, ਇਹਦਾ ਕੀ ਰਿਕਾਰਡ ਹੋਣਾ? ਇਹ ਮੂੰਹੋਂ 4 ਦੰਦ ਜੇ ਸੰਧੂ ਸਾਹਿਬ, ਠੀਕ ਆ ਜੀ। ਤੇ ਇਹਦਾ ਨਾ ਚੋਬਰ ਮਰ ਗਿਆ ਜੇ, ਬੱਚਾ ਮਰ ਗਿਆ, ਬੱਚਾ ਸੀ ਮਗਰ। ਹਾਂਜੀ ਹਾਂਜੀ। ਕਿੰਨੇ ਕੁ ਦਿਨ ਹੋ ਗਏ ਸੂਈ ਨੂੰ? ਇਹਨੂੰ ਸੂਈ ਨੂੰ 15 ਦਿਨ ਹੋ ਗਏ ਜੀ। 15 ਦਿਨ? ਹਾਂਜੀ ਹਾਂਜੀ। ਬੱਚਾ ਅੱਜ ਭਲਕੀ ਹੈ ਜਾਂ? ਬੱਚੇ ਮਰੇ ਨੂੰ 5-6 ਦਿਨ ਹੋ ਗਏ ਜੀ। ਠੀਕ ਆ। ਹਾਂਜੀ ਹਾਂਜੀ, ਬਾਕੀ ਬੱਚੀ ਮੈਲੇ ਤੇ ਚੱਲਣ ਦੀ ਜੀ, ਦਿਖਾ ਵੀ ਸਕਦੇ ਜੀ। ਲਓ ਜੀ, ਜ਼ਰੂਰ। ਹਾਂਜੀ, ਲਓ ਦੋਸਤੋ, ਮੈਲੇ ਤੋਂ ਬਿਲਕੁਲ ਆ ਚੱਲਦੀ ਪਈ ਆ, ਤੁਸੀਂ ਆ ਵੇਖ ਸਕਦੇ, ਠੀਕ ਆ ਜੀ। ਬਾਕੀ ਨਵਾਏ ਧੁਆਏ ਘੱਟ ਸੀਗੇ ਪਸ਼ੂ, ਤੇ ਬਾਕੀ ਠੰਡ ਦਾ ਕਰਕੇ ਤੁਹਾਨੂੰ ਪਤਾ ਹੀ ਆ, ਠੀਕ ਹੈ ਜੀ। ਬਾਕੀ ਆ ਥੋੜਾ ਜ਼ਖਮ ਜ਼ੁਖਮ ਸੂਣ ਲੱਗਿਆ, ਤੁਸੀਂ ਕਿਹਾ ਬੱਚਾ ਪਲਿਆ ਕਾਫੀ? ਹਾਂਜੀ, ਬੱਚਾ ਕਾਫੀ ਪਲਿਆ ਸੀ। ਅੱਛਾ ਜੀ, ਹਾਂਜੀ, ਠੀਕ ਆ। ਵੈਸੇ ਹੋਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ? ਹੈ? ਨਹੀਂ ਨਹੀਂ, ਕੋਈ ਦਿੱਕਤ। ਤੇ ਹੁਣ ਦੁੱਧ ਇਹਦੇ ਥੱਲੇ ਕਿੰਨਾ ਕਿਸ? ਇਹਦੇ ਥੱਲੇ ਸੰਧੂ ਸਾਹਿਬ ਜਿਹੜਾ ਨੈੱਟ ਦੁੱਧ 14 ਕਿਲੋ ਤਿਆਰ ਆ। 14 ਕਿਲੋ? ਹਾਂਜੀ ਹਾਂਜੀ, ਕੋਈ ਵੀ ਭੈਣ ਭਰਾ ਭਾਵੇਂ 2 ਦਿਨ ਆਪਦੀ ਚਵਾਈ ਕਰ ਸਕਦਾ ਵਾ ਇੱਥੇ ਆਪਣੇ ਘਰੇ, ਠੀਕ ਹੈ ਜੀ। ਹਾਂਜੀ ਹਾਂਜੀ, ਬਾਕੀ ਸੰਧੂ ਸਾਹਿਬ ਗਰੰਟੀ ਆਪਣੇ ਘਰ ਦੀ ਜੇ, ਇੱਥੇ ਭਾਵੇਂ ਕੋਈ 3 ਟਾਈਮ ਚੋਲੇ, ਅਗਲੇ ਦੇ ਘਰ ਜਾ ਕੇ ਕੋਈ ਨਹੀਂ ਜੀ ਆਪਣਾ, ਕਿਉਂਕਿ ਜਿਹੜੇ ਵੀ ਵੀਰ ਨੇ ਖੜਨੀ ਆਪਦੀ ਇੱਥੋਂ ਤਸੱਲੀ ਕਰਕੇ ਖੜੇ। ਬਿਲਕੁਲ ਹਾਂਜੀ, ਅੱਗੇ ਮੇਰੇ ਨਾਲ ਵੀ ਇੱਦਾਂ ਹੋਇਆ ਵਾ ਵੀ ਲੋਕ ਇੱਥੋਂ 2-2 ਟਾਈਮ ਚਵਾਈ ਕਰਕੇ ਲੈ ਜਾਂਦੇ ਆ, ਬਾਅਦ ਫਿਰ ਲਾਮਾ ਦੇਣ ਲੱਗ ਜਾਂਦੇ ਆ ਕਿ ਯਾਰ ਆਹ ਗਾਂ ਨੇ ਦੁੱਧ ਨਹੀਂ ਦਿੱਤਾ, ਮੱਝ ਨੇ ਦੁੱਧ ਨਹੀਂ ਦਿੱਤਾ, ਇਹ ਪੱਠੇ ਨਹੀਂ ਖਾਂਦੀ, ਐਂ ਕਰਦੀ, ਉਹ ਕਰਦੀ। ਬਿਲਕੁਲ ਹਾਂਜੀ, ਉਹਦੇ ਨਾਲੋਂ ਚੰਗਾ ਕਿ ਆਪਦੀ ਪਹਿਲਾਂ ਹੀ ਇੱਥੇ ਤਸੱਲੀ ਕਰੇ ਬੰਦਾ। ਸੋ ਦੋਸਤੋ, ਕੋਈ ਲਾਈਫ ਟਾਈਮ ਇਹਨਾਂ ਚੀਜ਼ਾਂ ਦੀ ਗਰੰਟੀ ਨਹੀਂ ਹੁੰਦੀ ਹੈਗੀ? ਹਾਂਜੀ, ਗਰੰਟੀ ਹੁੰਦੀ ਆ ਕੋਈ 1-2 ਚਵਾਈਆਂ ਦੀ, ਕੋਈ 4 ਚਵਾਈਆਂ ਦੀ ਜਿਹੜੀ ਗਰੰਟੀ ਹੋ ਸਕਦੀ ਹੈ ਵੀ ਕੋਈ ਵੀਰ ਪਹਿਲਾਂ ਤਾਂ ਜਿਹੜਾ ਦੋਸਤੋ ਇਹਨੂੰ ਯਕੀਨਣ ਬਣਾਇਆ ਜਾਵੇ ਵੀ ਇੱਥੇ ਆਣ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਜਾਵੇ। ਬਹੁਤ ਘੱਟ ਵੀਰ ਅੱਜ ਵੀ ਜਿਹੜੀ ਵਿਜਿਟ ਕਰਕੇ ਖਰੀਦੇ ਆ, ਔਨਲਾਈਨ ਸੌਦਾ ਤੁਸੀਂ ਕਰਦੇ ਹੋ ਅਤੇ ਕਿਤੇ ਨਾ ਕਿਤੇ ਆਪਦੀ ਜ਼ਿੰਮੇਵਾਰੀ 'ਤੇ ਪਸ਼ੂ ਜ਼ਰੂਰ ਖਰੀਦਿਆ ਕਰੋ। ਜਦੋਂ ਓਨਰ ਮਾਲਕ ਵਪਾਰੀ ਵੀਰ ਕਹਿੰਦੇ ਵੀ ਇੱਥੇ 2 ਡੰਗ ਚੋਲੋ, 3 ਟਾਈਮ ਚੋਲੋ, ਜੇ ਕੋਈ ਨਹੀਂ ਚਵਾਉਂਦਾ ਗਾ ਦੋਸਤੋ ਤੁਸੀਂ ਉਹ ਵੀ ਦੱਸ ਸਕਦੇ ਜੇ ਵੀ ਕੋਈ ਨਹੀਂ ਚਵਾਈ ਕਰਵਾਉਂਦਾ। ਬਾਕੀ ਵੱਛੀ ਤੁਹਾਡੇ ਸਾਹਮਣੇ ਆ, ਮੂੰਹੋਂ 4 ਦੰਦ, 15 ਕੁ ਦਿਨਾਂ ਦੀ ਸੂਈ ਆ, ਬੱਚਾ ਮਗਰ ਵੱਛਾ ਸੀਗਾ, ਉਹ ਮਰ ਗਿਆ, ਤੁਹਾਨੂੰ ਦੱਸ ਦਿੱਤਾ। ਬਾਕੀ ਸੰਧੂ ਸਾਹਿਬ ਲੋਕ ਬੱਚੇ ਲਾਈ ਜਾਂਦੇ ਧੋਕਣਾ, ਮਗਰ ਆਪਣੇ ਕੋਲ ਉਹ ਕੰਮ ਨਹੀਂ ਹੈਗਾ, ਉਹ ਸੱਜਰ ਵੱਛੀ ਆ, ਆਪਾਂ ਵੀ ਬੱਚਾ ਲਿਆ ਕੇ ਖੜਾ ਕਰ ਸਕਦੇ ਹਾਂ ਇਹਦੇ ਮਗਰ, ਬਿਲਕੁਲ, ਪਰ ਉਹ ਨਹੀਂ ਆਪਾਂ ਕੰਮ ਕਰਨਾ ਸੰਧੂ ਸਾਹਿਬ। ਆਈ ਸੀ ਪਾਣੀ ਲਓ ਜੀ। ਸੋ ਹੁਣ ਦੋਸਤੋ 14 ਕਿਲੋ ਤੇ ਚੱਲਦੀ ਪਈ ਆ, 14 ਕਿਲੋ ਤੇ ਕੋਈ ਵੀਰ ਆਣ ਕੇ ਆਪਦੀ ਤਸੱਲੀ ਕਰ ਸਕਦਾ। ਜਿੱਦਾਂ ਵੀ ਕਿਸੇ ਵੀਰ ਦੀ ਸੰਤੁਸ਼ਟੀ ਹੁੰਦੀ ਆ, ਉੱਦਾਂ ਹੀ ਤੁਸੀਂ ਤਸੱਲੀ ਕਰ ਲਿਓ, ਠੀਕ ਆ। ਕੱਦ ਕੁੱਦ ਚੰਗਾ ਵੱਛੀ ਦਾ, ਸਾਂਭਣ ਸੁੰਭਣ ਵਾਲੀ ਆ। ਕਈ ਵਾਰ ਪਸ਼ੂ ਦੋਸਤੋ ਨੋਰਮਲ ਦਰਮਿਆਨੀ ਸੇਵਾ 'ਚੋਂ ਵੀ ਗਾਂਹ ਨਿਕਲੇ ਹੁੰਦੇ ਆ, ਅੱਗੇ ਤੋਂ ਥੋੜ੍ਹਾ ਬਹੁਤਾ ਕਿਸੇ ਵੀਰ ਨੇ ਹੱਥ ਹੁੱਥ ਮਾਰ ਲਿਆ, ਦਾਣਾ ਫੱਕਾ ਬਿਲਕੁਲ ਜਿਹੜਾ ਦੋਸਤੋ ਨਿਗਰਾਨੀ 'ਚ ਰਹਿ ਕੇ ਕੇਅਰ ਕਰ ਲਈ, ਦੁੱਧ ਚੰਗਾ ਪਾਈ ਜਾਊਗੀ, ਭਰੀ ਜਾਊਗੀ ਦੁੱਧ, ਠੀਕ ਆ। ਆ ਲਓ, ਬਾਕੀ ਵੱਛੀ ਬਰੀਡ ਵਾਲੀ ਆ ਸੰਧੂ ਸਾਹਿਬ, ਬਸ ਸੇਵਾ ਸੇਵਾ ਤਾਂ ਟੁੱਟੀ ਆ। ਬਿਲਕੁਲ ਜੀ, ਬਿਲਕੁਲ।
ਲਓ ਵੀ ਭਰਾਵੋ ਇਹ ਲਾਸਟ ਵਿੱਚ ਤੁਹਾਨੂੰ ਵੈੜ ਦਿਖਾਉਣੀ ਸੀਗੀ। ਅੱਜ ਤਿੰਨ ਵੈੜਾਂ ਸੀ ਵੀਰ ਦੇ ਕੋਲ, ਤਿੰਨੇ ਵੈੜਾਂ ਦੀ ਆਪਾਂ ਡਿਟੇਲ ਤੁਹਾਨੂੰ ਦੱਸ ਦਿੱਤੀ ਆ ਅਤੇ ਮੁੱਲ ਵੀ ਪੁੱਛਦੇ ਹਾਂ। ਮੁੱਲ ਗੁਰਲਾਲ ਕੀ ਕਰਦੇ ਫਿਰ ਇਹਦਾ? ਮੁੱਲ ਸੰਧੂ ਸਾਹਿਬ ਤੁਸੀਂ ਦੱਸ ਦਿਓ ਕਿੰਨੇ ਦੀ ਦੇਣਗੇ? ਦੇਣਗੇ ਜਾਇਜ਼, ਕਿਉਂਕਿ ਇੱਕ ਤਾਂ ਬੱਚਾ ਨਹੀਂ ਹੈਗਾ। ਚਲੋ ਹਾਂਜੀ ਹਾਂਜੀ, ਅਤੇ ਬਾਕੀ ਆਪਾਂ ਸਾਰੀ ਗੱਲ ਸੱਚਾਈ ਦੱਸਤੀ ਆ ਵੈੜ ਦੀ। ਹਾਂਜੀ ਠੀਕ ਹੈ, ਤੁਸੀਂ ਦੱਸ ਦਿਓ ਸੰਧੂ ਸਾਹਿਬ ਕਿੰਨੇ ਦੀ ਦੇ। ਫਿਰ ਵੀ ਕਿੰਨੀ ਕੁ ਡਿਮਾਂਡ ਕਰਦੇ ਆਪਾਂ? ਡਿਮਾਂਡ ਸੰਧੂ ਸਾਹਿਬ 42,000 ਲੈ ਲਈਏ ਬੱਚੀ ਦਾ। ਨਹੀਂ 42 ਫਿਰ ਜ਼ਿਆਦਾ ਹੋ ਜਾਊਗਾ। ਚਲੋ ਵੈਸੇ ਸੱਜਰ ਗਾਂ ਪੂਰਾ ਸਾਲ ਭਰ ਦੁੱਧ ਪਿਆਉਣਾ। ਹਾਂਜੀ ਕਰਮਾਲੀ ਨੇ, ਬਾਕੀ 38 ਦੀ ਦੇ ਦੇਗੇ। ਚਲੋ ਦੇ ਦਾਂਗੇ ਸੰਧੂ ਸਾਹਿਬ। ਠੀਕ ਹੈ ਜੀ, ਹਾਂਜੀ ਜਿਵੇਂ ਤੁਸੀਂ ਕਹੋ। ਲਓ ਜੀ 38,000 ਦੀ ਦੋਸਤੋ ਤੁਹਾਨੂੰ ਇਹ ਜਿਹੜੀ ਵੀਰਾਂ ਦਾ ਵੀ ਗਾਂ ਦੇ ਦਿਆਂਗੇ। ਠੀਕ ਹੈ ਜੀ, ਬਾਕੀ ਤਾਜ਼ੀ ਸੂਈ ਸਫਾਈ ਆ, ਮੈਲਾ ਮੂਲਾ ਲੱਗਾ ਪ੍ਰੋਪਰ, ਤਾਂ ਮੇਰਾ ਵਿਖਾਉਣ ਦਾ ਦੋਸਤੋ ਇੱਕ ਪਰਪਸ ਸੀਗਾ ਵੀ ਚਲੋ ਤੁਹਾਨੂੰ ਦਿਖਾ ਦਿੰਦੇ ਹਾਂ। ਅਤੇ ਬਾਕੀ ਦੋ ਵੈੜਾਂ ਦੇ ਨਾਲ ਜਿਹੜੀਆਂ ਤਾਜ਼ੀਆਂ ਸੂਈਆਂ ਬੱਚੇ ਹੈਗੇ ਆ ਪ੍ਰੋਪਰ ਐਨੀਮਲ, ਜਿਹੜਾ ਵੀ ਜਚੂਗਾ ਪਸੰਦ ਆਊਗਾ ਤੁਸੀਂ ਤਸੱਲੀ ਕਰ ਲਓ ਘਰ ਆਣ ਕੇ। ਪਿੰਡ ਕਲਸੀਆਂ ਤੁਸੀਂ ਵਿਜਿਟ ਕਰਨੀ ਹੈ ਦੋਸਤੋ, ਬਿਲਕੁਲ ਨੇੜੇ ਪਿੰਡ ਮੱਖੀ ਕਲਾਂ। ਅਤੇ ਗੁਰਲਾਲ ਬੋਲ ਦੇਗੇ ਨੰਬਰ? ਹਾਂਜੀ ਹਾਂਜੀ 97813 88719 97813 88719 ਸੰਧੂ ਸਾਹਿਬ। ਠੀਕ ਹੈ, ਆਪਣਾ ਮੋਬਾਈਲ ਨੰਬਰ ਆ। ਠੀਕ ਹੈ ਜੀ, ਹਾਂਜੀ ਹੋਰ ਕੋਈ ਗੱਲਬਾਤ ਭਰਾ? ਬਸ ਚੜ੍ਹਦੀ ਕਲਾ ਜੀ। ਠੀਕ ਹੈ ਜੀ, ਬਾਬਾ ਮੇਹਰ ਰੱਖੇ ਸਭ ਤੇ। ਲਈ ਆਓ ਪਸ਼ੂ ਫਿਰ। ਹਾਂਜੀ ਹਾਂਜੀ ਹਾਂਜੀ, ਚੰਗੇ ਚੰਗੇ ਪਸ਼ੂ ਕੱਢ ਦਈਏ। ਹਾਂਜੀ ਹਾਂਜੀ ਕੱਢਾਂਗੇ, ਮੱਝਾਂ ਮੁੱਝਾਂ ਵੀ ਕੱਢ ਕੇ ਲਈਏ, ਬਹੁਤ ਵੀਰ ਮੰਗ ਕਰਦੇ ਆ। ਲਓ ਵੀ ਦੋਸਤੋ ਫਿਲਹਾਲ ਅੱਜ ਇਸ ਕਵਰੇਜ ਵਿੱਚ ਇਹ ਐਨੀਮਲ ਤੁਹਾਨੂੰ ਦਿਖਾਤੇ ਆਪਾਂ। ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।